नमस्कार दोस्तों, मैं थोड़ा दोस्त मनु मोड़ ते ਇਹ ਤੁਹਾਡੇ ਸਾਹਮਣੇ ਪੰਜਾਬ ਜੀਕੇ ਸਿੱਖ ਗੁਰੂ ਹਿਸਟਰੀ ਰਿਲੇਟਡ ਇੰਪੋਰਟੈਂਟ ਐਮਸੀਕਿਊ ਦੀ ਕਲਾਸ। ਇਸ ਤੋਂ ਪਹਿਲਾਂ ਕਾਫੀ ਕਲਾਸਸ ਮੈਂ ਆਲਰੇਡੀ ਆਪਣੇ ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕਿਆ ਹਾਂ। ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀ ਤਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹਨਾਂ ਵੀਡੀਓਜ਼ ਦੇ ਲਿੰਕ ਮਿਲ ਜਾਣਗੇ, ਉੱਥੇ ਜਾ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਿਓ। ਤੇ ਹੁਣ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ, ਕੁਐਸਚਨ ਨੰਬਰ 166 ਦੀ ਗੱਲ ਕਰੀਏ। ਸਿੱਖ ਧਰਮ ਦਾ ਸੱਤਵਾਂ ਗੁਰੂ ਕੌਣ ਸੀ? ਤਾਂ ਗੁਰੂ ਹਰਰਾਏ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ। ਕੁਐਸਚਨ ਨੰਬਰ 167 ਦੀ ਗੱਲ ਕਰੀਏ, ਗੁਰੂ ਹਰਰਾਏ ਦਾ ਜਨਮ ਕਦੋਂ ਹੋਇਆ ਸੀ? ਤਾਂ 16 ਜਨਵਰੀ 1630 ਈਸਵੀ ਵਿੱਚ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਰਾਏ ਦਾ ਜਨਮ ਹੋਇਆ ਸੀ। ਕੁਐਸਚਨ ਨੰਬਰ 168 ਦੀ ਗੱਲ ਕਰੀਏ, ਗੁਰੂ ਹਰਰਾਏ ਕਿਸ ਦੇ ਪੁੱਤਰ ਸਨ? ਜੋ ਗੁਰੂ ਹਰਰਾਏ ਸਨ ਆਪਣੇ ਸੱਤਵੇਂ ਗੁਰੂ ਬਾਬਾ ਗੁਰਦਿੱਤਾ ਦੇ ਪੁੱਤਰ ਸਨ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੋਤਰੇ ਸਨ। ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ, ਗੁਰੂ ਹਰਰਾਏ ਦੀ ਮਾਂ ਦਾ ਨਾਮ ਕੀ ਸੀ? ਤਾਂ ਮਾਤਾ ਅਨੰਤੀ ਦੇਵੀ ਗੁਰੂ ਹਰਰਾਏ ਜੀ ਦੀ ਮਾਤਾ ਦਾ ਨਾਮ ਸੀ। ਐਂਡ ਹਾਂ ਦੋਸਤੋ, ਜੇ ਤੁਸੀਂ ਪੰਜਾਬ ਜੀਕੇ ਦੀ ਤਿਆਰੀ ਵਾਸਤੇ ਬੈਸਟ ਬੁੱਕ ਫਾਇੰਡ ਕਰ ਰਹੇ ਹੋ ਤਾਂ ਤੁਹਾਨੂੰ ਜ਼ਰੂਰਤ ਨਹੀਂ ਹੈ ਬੈਸਟ ਬੁੱਕ ਫਾਇੰਡ ਕਰਨ ਦੀ, ਕਿਉਂਕਿ ਮੈਂ ਆਲਰੇਡੀ ਬੁੱਕ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਮਾਰਕੀਟ ਵਿੱਚੋਂ ਤੁਹਾਨੂੰ ਸ਼ਾਇਦ ਨਾ ਮਿਲੇ, ਇਸ ਲਈ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਓ, ਲਿੰਕ 'ਤੇ ਕਲਿੱਕ ਕਰੋ ਅਤੇ ਉਸ ਬੁੱਕ ਨੂੰ ਐਮਾਜ਼ੋਨ 'ਤੇ ਆਰਡਰ ਕਰ ਲਓ। ਕੈਸ਼ ਔਨ ਡਿਲੀਵਰੀ ਵੀ ਤੁਸੀਂ ਇਸ ਬੁੱਕ ਨੂੰ ਆਰਡਰ ਕਰ ਸਕਦੇ ਹੋ। ਨੈਕਸਟ ਕੁਐਸਚਨ ਦੀ ਗੱਲ ਕਰੀਏ, ਗੁਰੂ ਹਰਰਾਏ ਦੀ ਪਤਨੀ ਦਾ ਨਾਮ ਕੀ ਸੀ? ਤਾਂ ਬੀਬੀ ਸੁਲੱਖਣੀ ਦੇਵੀ ਗੁਰੂ ਹਰਰਾਏ ਜੀ ਦੀ ਪਤਨੀ ਦਾ ਨਾਮ ਸੀ। ਕੁਐਸਚਨ ਨੰਬਰ 71 ਦੀ ਗੱਲ ਕਰੀਏ, ਬੀਬੀ ਸੁਲੱਖਣੀ ਦੇ ਪਿਤਾ ਦਾ ਨਾਮ ਕੀ ਸੀ? ਤਾਂ ਦਇਆ ਰਾਮ ਯੂਪੀ ਦੇ ਰਹਿਣ ਵਾਲੇ ਸਨ, ਬੀਬੀ ਸੁਲੱਖਣੀ ਦੇ ਪਿਤਾ ਦਾ ਨਾਮ ਸੀ। ਦੋਸਤੋ ਇਹ ਕੁਐਸਚਨ ਕਾਫੀ ਇੰਪੋਰਟੈਂਟ ਨੇ, ਇਸ ਕਰਕੇ ਸਿਰਫ ਵੀਡੀਓ ਨੂੰ ਦੇਖਿਆ ਨਾ ਕਰੋ, ਇਸ ਨੂੰ ਨਾਲ ਦੀ ਨਾਲ ਨੋਟਬੁੱਕ ਉੱਤੇ ਨੋਟ ਕਰਦੇ ਰਹਿ ਕਰੋ ਤਾਂ ਜੋ ਆਪਣੀ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਤੁਸੀਂ ਬਣਾ ਸਕੋ। ਕੁਐਸਚਨ ਨੰਬਰ 72 ਦੀ ਗੱਲ ਕਰੀਏ, ਗੁਰੂ ਹਰਰਾਏ ਦੇ ਬੱਚਿਆਂ ਦਾ ਨਾਮ ਕੀ ਸੀ? ਤਾਂ ਰਾਮ ਰਾਏ ਅਤੇ ਹਰਕਿਸ਼ਨ ਦੋ ਬੇਟੇ ਸਨ ਗੁਰੂ ਹਰਰਾਏ ਜੀ ਦੇ। ਕੁਐਸਚਨ ਨੰਬਰ 73 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਨੇ ਕਦੋਂ ਤੋਂ ਕਦੋਂ ਤੱਕ ਗੁਰਗੱਦੀ ਨੂੰ ਸੰਭਾਲ ਕੇ ਰੱਖਿਆ? ਤਾਂ 1644 ਤੋਂ ਲੈ ਕੇ 1661 ਈਸਵੀ ਤੱਕ ਗੁਰੂ ਹਰਰਾਏ ਜੀ ਸਿੱਖ ਧਰਮ ਦੇ ਪੈਰੋਕਾਰ ਬਣ ਕੇ ਰਹੇ। ਕੁਐਸਚਨ ਨੰਬਰ 74 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਨੇ ਇੱਕ ਬੱਚੇ ਨੂੰ ਅਸ਼ੀਸ਼ ਦਿੱਤੀ ਸੀ, ਉਸਦਾ ਨਾਮ ਕੀ ਸੀ? ਤਾਂ ਫੂਲ ਉਸਦਾ ਨਾਮ ਸੀ। ਕੁਐਸਚਨ ਨੰਬਰ 175 ਦੀ ਗੱਲ ਕਰੀਏ ਦੋਸਤੋ, ਫੂਲ ਕੌਣ ਸੀ ਜਿਹਨੇ ਪਟਿਆਲਾ, ਨਾਭਾ ਅਤੇ ਜੀਂਦ ਦਾ ਸੰਸਥਾਪਕ ਕੀਤਾ ਸੀ? ਉਹ ਫੂਲ ਸੀ। ਮਤਲਬ ਜਿਹੜੀ ਫੂਲ ਫੈਮਿਲੀ ਸੀ ਕਾਫੀ ਰਿਚ ਹੋ ਗਈ ਸੀ, ਉਸ ਤੋਂ ਬਾਅਦ ਮਤਲਬ ਕਿ ਗੁਰੂ ਜੀ ਨੇ ਜਦੋਂ ਆਸ਼ੀਰਵਾਦ ਦਿੱਤਾ ਸੀ ਉਹ ਤਾਂ ਉਹਨਾਂ ਦਾ ਕਾਰੋਬਾਰ ਬਹੁਤ ਹੀ ਵਧੀਆ ਚੱਲਣ ਲੱਗ ਗਿਆ ਸੀ। ਨੰਬਰ 176 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਨੇ ਫੂਲ ਨੂੰ ਜੋ ਅਸੀਸ ਦਿੱਤੀ ਸੀ ਉਸਦੇ ਘੋੜੇ ਡੈਸ਼ ਨਦੀ ਦਾ ਪਾਣੀ ਪੀਂਦੇ ਰਹਿਣਗੇ, ਤਾਂ ਜਮਨਾ ਨਦੀ ਦਾ ਪਾਣੀ ਉਹਨਾਂ ਦੇ ਘੋੜੇ ਪੀਂਦੇ ਰਹਿਣਗੇ, ਇਹ ਅਸੀਸ ਦਿੱਤੀ ਸੀ। ਕੁਐਸਚਨ ਨੰਬਰ 77 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਦੇ ਸਮੇਂ ਮੁਗਲ ਸਮਰਾਟ ਕੌਣ ਸੀ? ਤਾਂ ਸਾਜਾਂ ਅਤੇ ਔਰੰਗਜ਼ੇਬ ਗੁਰੂ ਹਰਰਾਏ ਜੀ ਦੇ ਸਮਕਾਲੀਨ ਸਨ। ਕੁਐਸਚਨ ਨੰਬਰ 178 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਨੇ ਸਿੱਖ ਧਰਮ ਦੇ ਵਾਧੇ ਲਈ ਕਿੰਨੀ ਗੱਦੀਆਂ ਸਥਾਪਿਤ ਕੀਤੀ ਸੀ? ਤਾਂ 360 ਗੱਦੀਆਂ ਜਿਹੜੀ ਗੁਰੂ ਹਰਰਾਏ ਦੁਆਰਾ ਸਥਾਪਿਤ ਕੀਤੀਆਂ ਗਈਆਂ ਸਨ। ਤਾਂ ਅੱਗੇ ਚੱਲਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਜੇ ਤੁਸੀਂ ਕੰਪਿਊਟਰ, ਪੋਲਟੀ, ਸਾਇੰਸ ਐਂਡ ਪੰਜਾਬ ਜੀਕੇ ਦੇ ਇੰਪੋਰਟੈਂਟ ਕੁਐਸਚਨਾਂ ਦੀ PDF ਫਾਈਲ ਨੂੰ ਪਰਚੇਜ਼ ਕਰਨਾ ਚਾਹੁੰਦੇ ਹੋ ਜਿਸ ਦਾ ਪ੍ਰਾਈਸ ਸਿਰਫ 44 ਰੁਪੀਸ ਹੈ, ਐਂਡ ਇਸ PDF ਫਾਈਲ ਵਿੱਚ 2016 ਤੋਂ ਬਾਅਦ ਜਿੰਨੇ ਵੀ ਪੰਜਾਬ ਵਿੱਚ ਗੌਰਮੈਂਟ ਐਗਜ਼ਾਮ ਹੋਏ ਨੇ ਉਹਨਾਂ ਰਿਲੇਟਡ ਕੁਐਸਚਨਸ ਇੰਕਲੂਡ ਕੀਤੇ ਗਏ ਨੇ। ਕਾਫੀ ਕੈਂਡੀਡੇਟਸ ਨੇ ਇਹ PDF ਫਾਈਲ ਆਲਰੇਡੀ ਬਾਏ ਕਰ ਲਿਆ। ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰਾਮ ID ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਫਿਰ ਤੁਸੀਂ ਇਸ PDF ਫਾਈਲ ਨੂੰ ਬਾਏ ਕਰ ਸਕਦੇ ਹੋ। ਕੁਐਸਚਨ ਨੰਬਰ 179 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਦੁਆਰਾ ਸਥਾਪਿਤ ਕੀਤੇ ਗਏ ਸੰਸਥਾਵਾਂ ਨੂੰ ਕੀ ਕਿਹਾ ਗਿਆ? ਬਖਸ਼ਿਸ਼ ਨਾਮ ਇਹਨਾਂ ਨੂੰ ਦਿੱਤਾ ਗਿਆ ਸੀ। ਕੁਐਸਚਨ ਨੰਬਰ 180 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਨੇ ਕਿਸ ਮੁਗਲ ਸਮਰਾਟ ਦੀ ਮਦਦ ਕੀਤੀ ਸੀ? ਤਾਂ ਦਾਰਾ ਸ਼ਿਕੋ ਸਾਜਾਂ ਦਾ ਪੁੱਤਰ ਸੀ, ਇਹਨਾਂ ਦੀ ਜੀ ਉਹ ਹੈਲਪ ਕੀਤੀ ਸੀ। ਕੁਐਸਚਨ ਨੰਬਰ 181 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਦੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਤਾਂ ਦਾਰਾ ਸ਼ਿਕੋ ਜੋ ਸਾਜਾਂ ਦਾ ਪੁੱਤਰ ਸੀ ਇਹ ਪੰਜਾਬ ਦੇ ਗਵਰਨਰ ਸਨ। ਕੁਐਸਚਨ ਨੰਬਰ 182 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਇੱਕ ਹੋਰ ਨਾਮ ਵਜੋਂ ਜਾਣੇ ਜਾਂਦੇ ਸਨ, ਤਾਂ ਉਹਨਾਂ ਨੂੰ ਸੱਤਵਾਂ ਮਾਸਟਰ ਦੀ ਉਪਾਧੀ ਵੀ ਦਿੱਤੀ ਗਈ ਸੀ। ਕੁਐਸਚਨ ਨੰਬਰ 83 ਦੀ ਗੱਲ ਕਰੀਏ, ਕਿਸ ਗੁਰੂ ਦੇ ਸਮੇਂ ਸ਼ਾਂਤਮਈ ਮਾਹੌਲ ਰਿਹਾ ਸੀ? ਤਾਂ ਗੁਰੂ ਹਰਰਾਏ ਜੀ ਦੇ ਸਮੇਂ ਮਾਹੌਲ ਬਿਲਕੁਲ ਸ਼ਾਂਤ ਹੁੰਦਾ ਸੀ। ਕੁਐਸਚਨ ਨੰਬਰ 84 ਦੀ ਗੱਲ ਕਰੀਏ, ਦਾਰਾ ਸ਼ਿਕੋਹ ਗੁਰੂ ਹਰਰਾਏ ਜੀ ਨੂੰ ਕਦੋਂ ਮਿਲਣ ਆਏ ਸਨ? ਤਾਂ 1658 ਈਸਵੀ ਵਿੱਚ ਦਾਰਾ ਸ਼ਿਕੋਹ ਗੁਰੂ ਜੀ ਨੂੰ ਮਿਲਣ ਆਏ ਸਨ। ਕੁਐਸਚਨ ਨੰਬਰ 185 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਨੇ ਕਿਸ ਨੂੰ ਸਿੱਖ ਧਰਮ ਤੋਂ ਅਲੱਗ ਕਰ ਦਿੱਤਾ ਸੀ? ਤਾਂ ਰਾਮ ਰਾਏ ਨੂੰ ਸਿੱਖ ਧਰਮ ਤੋਂ ਅਲੱਗ ਕਰ ਦਿੱਤਾ ਸੀ ਗੁਰੂ ਜੀ ਨੇ। ਅਤੇ ਕੁਐਸਚਨ ਨੰਬਰ 186 ਦੀ ਗੱਲ ਕਰੀਏ, ਗੁਰੂ ਹਰਰਾਏ ਜੀ ਦੀ ਜੋਤੀ ਜੋਤ ਸਮਾਉਣ ਦਾ ਸਮਾਂ ਕੀ ਸੀ? 1661 ਈਸਵੀ ਵਿੱਚ ਗੁਰੂ ਹਰਰਾਏ ਜੀ ਜੋਤੀ ਜੋਤ ਸਮਾ ਗਏ ਸਨ। ਓਕੇ ਦੋਸਤੋ, ਜੇ ਤੁਸੀਂ ਰੋਜ਼ ਇਸ ਤਰ੍ਹਾਂ ਦੀ ਬੈਨੀਫਿਸ਼ੀਅਲ ਵੀਡੀਓਜ਼ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰ ਲਓ ਅਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ।